ਓਏ ਅਸੀਂ ਤੈਨੂੰ ਕੁਛ ਨਹੀਂ ਆਂਦੇ ਪੈਣਾ। ਵੇਖਾ ਤੂੰ ਸਾਡੇ ਪਿਆਰ ਦੇ ਬੁੜੀਆਂ ਤੇ ਕੋਟ ਕੋਟ ਅੱਗੇ ਗਏ ਨੇ। ਓ ਚੱਲ ਬਾਹ ਖੋਲ ਦੇ। ਸਰ ਜਦੋਂ ਉਹਨਾਂ ਤੇ ਪੱਥਰ ਮਾਰੇ ਕੋਈ ਗਹਿਰੀ ਸੱਟ ਤਾਂ ਨਹੀਂ ਮਿਲੀ? ਲਾਜਾ ਸਾਡੇ ਅਸਰ 'ਚੋਂ ਤਾਂ ਸੱਟ ਲੱਗੀ ਹੈਗੀ, ਉਹ ਮੈਡੀਕਲ ਕਰਵਾ ਰਿਹਾ ਹੈਗਾ ਅਤੇ ਨਾਲ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਨਸ਼ੇ ਦਾ ਵੀ ਕਾਰੋਬਾਰ ਕਰਦੇ ਆ ਲੋਕ ਜਿਨ੍ਹਾਂ ਨੇ ਪੁਲਿਸ ਪਾਰਟੀ ਦਾ ਅੰਦਰ ਕੀਤਾ ਹੈਗਾ। ਕੀ ਨਾਂ ਤੇਰਾ, ਕੀ ਨਾਂ ਹੈ? ਕਰਫਿਊ ਅਤੇ ਲੋਕਡਾਊਨ ਵਰਗੀ ਸਥਿਤੀ ਵਿੱਚ ਕੁਝ ਲੋਕ ਪ੍ਰਸ਼ਾਸਨ ਨੂੰ ਨਵੀਂ ਵਿਪਤਾ ਪਾ ਰਹੇ ਨੇ। ਮਾਮਲਾ ਹੈ ਮੋਗਾ ਦੇ ਨੂਰਪੁਰ ਹਕੀਮਾ ਪਿੰਡ ਦਾ, ਜਿੱਥੇ ਦੇ ਕੁਝ ਲੋਕ ਟਹਿਲ ਰਹੇ ਸਨ ਅਤੇ ਪੁਲਿਸ ਨੇ ਉਹਨਾਂ ਨੂੰ ਕਰਫਿਊ ਹੋਣ ਕਾਰਨ ਬਾਹਰ ਨਿਕਲਣ ਤੋਂ ਰੋਕਿਆ। ਪਿੰਡ ਵਾਲੇ 'ਤੇ ਦੋਸ਼ ਹੈ ਕਿ ਨਸ਼ਾ ਰੋਕ ਕਮੇਟੀ ਨੇ ਇਹਨਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਰੋਕਿਆ ਤਾਂ ਇਹਨਾਂ ਲੋਕਾਂ ਨੇ ਕਮੇਟੀ ਮੈਂਬਰਾਂ ਨਾਲ ਤਿੱਖੀ ਬਹਿਸਬਾਜ਼ੀ ਕੀਤੀ, ਬਾਅਦ ਵਿੱਚ ਪੁਲਿਸ ਨੂੰ ਬੁਲਾਇਆ ਗਿਆ। ਐਸਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ 27 ਲੋਕਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ, ਜਿਸ ਵਿੱਚ ਥਾਣਾ ਮੁਖੀ ਜ਼ਖਮੀ ਹੋਏ ਹਨ। ਪੁਲਿਸ ਨੇ 27 ਵਿਅਕਤੀਆਂ ਖਿਲਾਫ ਇਰਾਦਾ ਕਤਲ ਅਤੇ ਸੰਗੀਨ ਧਾਰਾਵਾਂ ਹੇਠ ਮਾਮਲਾ ਦਰਜ ਕਰ ਦਿੱਤਾ। ਇਹਨਾਂ ਵਿੱਚੋਂ ਇੱਕ ਔਰਤ ਸਮੇਤ 5 ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿੰਡ ਨੂਰਪੁਰ ਹਕੀਮਾਂ ਵਿੱਚ ਮਾਮਲਾ ਆਇਆ, ਉਹਦੇ ਵਾਸਤੇ ਜਾਣਕਾਰੀ ਲੈਣ ਚਾਹਾਂਗੇ। ਜੇ ਆ ਪਿੰਡ ਨੂਰਪੁਰ ਹਕੀਮਾਂ ਦੇ ਵਿੱਚ ਨਸ਼ਾ ਰੋਕੋ ਕਮੇਟੀ ਹੈਗੀ ਹੈ ਇੱਕ ਬਣਾਈ, ਉਹ ਨਾਲ ਹੁਣ ਕਰੋਨਾ ਦੀ ਅਵੇਅਰਨੈਸ ਵੀ ਦੱਸ ਰਿਹਾ ਪਿੰਡ ਦੇ ਲੋਕਾਂ ਨੂੰ। ਉਹਨਾਂ ਨੇ ਨਾਕੇ ਲਾਏ ਸੀ ਪਿੰਡ ਦੇ ਆਸ ਪਾਸ ਬਾਹਰ ਦੀਆਂ ਐਂਟਰੀਆਂ 'ਤੇ, ਉਹਦੇ ਵਿੱਚ ਉਹ ਲੋਕਾਂ ਨੂੰ ਸਮਝਾ ਰਹੇ ਸੀ ਅਤੇ ਇਹਦੇ ਵਿੱਚ ਇਹ ਲੋਕ ਇਕੱਠੇ ਹੋ ਕੇ ਬਾਹਰ ਨੂੰ ਜਾਣਾ ਚਾਹੁੰਦੇ ਸੀ 2-4 ਜਣੇ, ਅਤੇ ਉਹਨਾਂ ਨੇ ਇਹਨਾਂ ਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਆਪਣੇ ਨਾਲ ਦੇ ਸਾਥੀ ਹੋਰ ਬੁਲਾ ਕੇ ਉਹਨਾਂ ਨਾਲ ਬਹਿਸ ਕਰਨੀ ਸ਼ੁਰੂ ਕਰਤੀ, ਜਿਨ੍ਹਾਂ ਨੇ ਪੁਲਿਸ ਨੂੰ ਬੁਲਾ ਲਿਆ। ਜਦੋਂ ਇਹ ਸਾਡਾ ਐਸ ਐਚ ਉੱਥੇ ਗਿਆ ਅਤੇ ਉਹਨਾਂ ਲੋਕਾਂ ਨੇ ਪੁਲਿਸ ਪਾਰਟੀ ਦੇ ਨਾਲ ਹੀ ਹਮਲਾ ਕਰਤਾ, ਜਿਹਦੇ ਕਰਕੇ ਪੁਲਿਸ ਨੇ ਕਾਰਵਾਈ ਕੀਤੀ। ਸਰ ਕੋਈ ਤੁਸੀਂ ਪਕੜ ਪਾਏ ਸਰ ਮੁਲਜ਼ਮ? ਜੀ ਅਸੀਂ 5 ਬੰਦੇ ਜਿਹੜੇ ਹੈਗੇ ਆ, ਮਤਲਬ 4 ਬੰਦੇ ਅਤੇ ਇੱਕ ਲੇਡੀ ਜਿਹੜੀ ਹੈਗੀ ਆ ਫੜੀ ਹੈਗੀ ਆ, ਅਤੇ 22 ਨੇਮ 27 ਦੇ ਖਿਲਾਫ ਪਰਚਾ ਦਰਜ ਹੈਗਾ, ਜਿਨ੍ਹਾਂ ਨੂੰ ਆਈਡੈਂਟੀਫਾਈ ਕਰ ਲਿਆ ਸੀਗਾ ਐਸ ਐਚ ਓ ਨੇ, ਉਹਦੇ ਵੱਲੋਂ ਪਰਚਾ ਦਰਜ ਹੈਗਾ। ਇਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਧਾਰਾ 307, 323, 186, 323, 269, 270, 148, 341, 188 ਅਤੇ 120 ਦਾ IPC ਦਾ ਦਿਨ ਪਰਚਾ ਦਰਜ ਕੀਤਾ। ਸਰ ਜਦੋਂ ਉਹਨਾਂ 'ਤੇ ਪੱਥਰ ਮਾਰੇ ਕੋਈ ਗਹਿਰੀ ਸੱਟ ਤਾਂ ਨਹੀਂ ਮਿਲੀ ਮੁਲਾਜ਼ਮਾਂ ਨੇ? ਨਾ, ਸਾਡੇ ਐਸ ਐਚ ਓ 'ਤੇ ਸੱਟ ਲੱਗੀ ਹੈਗੀ, ਉਹ ਮੈਡੀਕਲ ਕਰਵਾ ਰਿਹਾ ਹੈਗਾ। ਫਿਲਹਾਲ 323 ਦਾ ਪਰਚਾ ਦਿੱਤਾ ਜਾਂਦਾ ਆ, ਅਤੇ ਜੇ ਜਿਹੜੇ ਆ ਕੋਈ ਰਿਜ਼ਲਟ ਆ ਗਿਆ ਗ੍ਰੀਵੀਅਸ ਦਾ ਤਾਂ ਉਹ 326 ਸਰ ਇਸ ਟਾਈਮ 323, 307 ਪਹਿਲਾਂ ਆਲਰੇਡੀ ਦਿੱਤਾ ਹੈਗਾ, 323 ਦੀ ਧਾਰਾ ਲਗਾਈ ਹੈਗੀ, 326 ਵਿੱਚ ਵਾਧਾ। ਇਸ ਟਾਈਮ ਐਸ ਐਚ ਸਾਹਿਬ ਸਰ ਕਿੱਥੇ? ਮੈਡੀਕਲ ਉਹਨਾਂ ਨੇ ਕਰਵਾ ਕੇ ਆ ਰਿਹਾ ਬਸ। ਠੀਕ ਹੈ ਸਰ, ਇੰਨੇ ਦਿਲ ਵਧੇ ਉਹਨਾਂ ਦੇ ਸਰ ਕਰਦੇ ਆ ਸਰ, ਕੀ ਕੋਈ ਪੁਲਿਸ ਵੱਲੋਂ ਕੋਈ ਕਦਮ, ਠੋਸ ਕਦਮ ਨਹੀਂ ਉਠਾਇਆ ਜਾ ਰਿਹਾ? ਪੁਲਿਸ ਲਗਾਤਾਰ ਇਹ ਜਿਹੜੇ ਹੈਗੇ ਆ ਲੋਕ ਇਹ ਪ੍ਰੈਸ਼ਰ ਦੇ ਵਿੱਚ ਹੈਗੇ ਆ, ਇਹ ਇਸਦੇ ਨਾਲ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਨਸ਼ੇ ਦਾ ਵੀ ਕਾਰੋਬਾਰ ਕਰਦੇ ਆ ਲੋਕ ਜਿਨ੍ਹਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਹੈਗਾ। ਇਹਨਾਂ ਦਾ ਕਾਰੋਬਾਰ ਬੰਦ ਹੋ ਚੁੱਕਿਆ, ਪਹਿਲਾਂ ਪੁਲਿਸ ਦੇ ਵੱਲੋਂ ਪ੍ਰੋਪਰਟੀਆਂ ਇਹਨਾਂ ਦੀਆਂ ਸੀਲ ਕੀਤੀਆਂ ਗਈਆਂ ਸੀਗੀਆਂ, ਅਤੇ ਉਹ ਤੋਂ ਬਾਅਦ ਪੁਲਿਸ ਨੇ ਇਹਨਾਂ ਦੇ ਬਹੁਤ ਦਬਾਅ ਪਾ ਲਿਆ। ਹੁਣ ਕਰੋਨਾ ਵਾਇਰਸ ਕਰਕੇ ਇਹਨਾਂ ਦੀ ਬਿਲਕੁਲ ਜਿਹੜੀ ਹੈਗੀ ਆ ਮਤਲਬ ਬਹੁਤ ਬੁਰੇ ਹਾਲਾਤ ਵਿੱਚੋਂ ਲੰਘ ਰਹੇ ਹੈਗੇ, ਇਹ ਚਾਹੁੰਦੇ ਇਹਨਾਂ ਦਾ ਧੰਦਾ ਜਾਰੀ ਰਹੇ, ਇਸ ਕਰਕੇ ਵੀ ਰਿਪੋਰਟਰੀ ਦੇ ਨਾਲ ਨਾਲ ਇਹਦਾ ਇਸੇ ਕਰਕੇ ਵੀ ਰਿਪੋਰਟ। ਵੀਰ ਜੀ ਇਹ ਸੀਗੀ ਕਿ ਅਸੀਂ ਇੱਥੇ ਬੈਠੇ ਸੀਗੇ, ਇੱਥੇ ਆ ਕੇ ਸਰਪੰਚ ਨੇ ਗੱਡੀ ਰੋਕੀ, ਉਹਨੇ ਪੁੱਛਿਆ, ਉਹਦੇ ਨਾਲ ਗੱਲਬਾਤ ਕੀਤੀ, ਉਹਨੇ ਜਾ ਕੇ ਉੱਥੇ ਲੋਕਾਂ ਨੂੰ ਭੜਕਾ ਤਾ, ਉਹ ਆ ਕੇ ਰੌਲਾ ਪਾਉਂਦੇ ਇੱਥੇ ਗੱਲ ਪੈਣ, ਮੁਲਾਜ਼ਮਾਂ ਦੇ ਵੀ ਆ ਕੇ ਗੱਲ ਪੈ ਗਈ। ਕੌਣ ਪਏ ਗੱਲ? ਇਹ ਸਾਰੇ ਮੁਹੱਲੇ ਵਾਲੇ ਇੱਧਰੋਂ ਆਪ ਕਾਹਦੇ ਵਾਸਤੇ ਗੱਲ ਪੈ ਕਿ ਤੁਸੀਂ ਉਹ ਇਹ ਪੁਲੀ ਪਟਾਉਣੇ ਆ, ਪੁਲੀ ਦੀ ਕੋਈ ਗੱਲ ਨਹੀਂ। ਕਿਹੜੇ ਬੰਦੇ ਦੀ ਗੱਲ ਕਰਦਾ? ਬੰਦੇ ਸਾਰੇ ਅਣ ਪਛਾਤੇ ਵਿੱਚ ਵਿੱਚੇ ਦੂਜੇ ਬਹੁਤ ਜਣੇ ਸੀ। ਨਾਮ ਪਤਾ ਕਿਹਦਾ? ਨਾਮ ਸਾਡੀ ਦੂਜੇ ਦੀ ਕਮੇਟੀ ਉੱਥੇ, ਉਹਨਾਂ ਨੂੰ ਸਾਰਿਆਂ ਦਾ ਪਤਾ ਲਿਖਾ ਦਿੰਦਾ, ਨਾਮ ਲਿਖਾਏ ਹੋਏ ਆ ਜੀ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਦੂਜੇ ਲੋਕਾਂ ਨਾਲ ਇਨਫੈਕਸ਼ਨ ਨਾ ਫੈਲੇ, ਇਸ ਲਈ ਸਰਕਾਰ ਨੇ ਸਮੁੱਚੇ ਦੇਸ਼ ਵਿੱਚ ਲਾਕਡਾਊਨ ਅਤੇ ਕਰਫਿਊ ਲਾਇਆ ਹੋਇਆ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਅਤੇ ਘਰਾਂ ਤੋਂ ਬਾਹਰ ਜਾ ਕੇ ਦੂਜੇ ਲੋਕਾਂ ਦੇ ਸੰਪਰਕ ਵਿੱਚ ਰਹਿਣ ਤੋਂ ਰੋਕਿਆ ਹੋਇਆ। ਪਰੰਤੂ ਸਰਕਾਰ ਅਤੇ ਮੀਡੀਆ ਦੀ ਜਾਗਰੂਕਤਾ ਦੇ ਚੱਲਦਿਆਂ ਵੀ ਬਹੁਤ ਲੋਕ ਇਸ ਦਾ ਉਲੰਘਣਾ ਕਰ ਰਹੇ ਨੇ, ਸੋ ਲੋੜ ਹੈ ਇਸ ਸੰਬੰਧੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਟਿਕ ਕੇ ਰਹਿਣ ਦੀ, ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ, ਪੰਜਾਬੀ ਟੀਵੀ।